ਮਿਹਣਤਾਂ 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 ਬੇਬੇ ਕਰਦੀ ਹੈ ਮਿਹਣਤਾਂ। ਪੁੱਛਣ ਨਹੀਂ ਡਿਆ ਜੀ। ਠੀਕ ਹੈ ਜੀ। ਮੁੰਡਾ ਨਾ ਉਹ ਵੀ ਨਹੀਂ ਪੁੱਛਦੇ ਹੈਗੇ, ਮੈਂ ਆਪਣਾ ਇਕੱਲੀ ਗੁਜ਼ਾਰਾ ਕਰਦੀ। ਸੇਲ ਨਹੀਂ ਹੁੰਦੀ ਹੈ, ਬਹੁਤ ਘੱਟ ਕੰਮ ਹੈ। ਕਿਰਤ 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 ਦਸਾਂ ਨੌਵਾਂ ਦੀ ਕਿਰਤ ਇਹ ਬੀਬੀ ਕਰਦੀ ਹੈ ਦਸਾਂ ਨੌਵਾਂ ਦੀ ਕਿਰਤ, ਕਿਉਂਕਿ ਜਦੋਂ ਆਪਣੇ ਨਾ ਪੁੱਛਣ ਤੇ ਪਰਮਾਤਮਾ ਨੇ ਢਿੱਡ ਵੀ ਬਖਸ਼ਿਆ ਤੇ ਹੱਥ ਵੀ ਬਖਸ਼ੇ ਨੇ, ਤੇ ਬਸ ਫਿਰ ਇਹਨਾਂ ਹੱਥਾਂ ਨਾਲ ਦਸਾਂ ਨੌਵਾਂ ਦੀ ਕਿਰਤ ਕਰਕੇ ਇਹ ਬੇਬੇ ਆਪਣਾ ਢਿੱਡ ਪਾਲਦੀ ਹੈ, ਕਿਉਂਕਿ ਇੱਕ ਪੁੱਤ ਦੀ ਮੌਤ ਹੋ ਚੁੱਕੀ ਹੈ ਤੇ ਦੂਸਰਾ ਪੁੱਛਦਾ ਨਹੀਂ। ਸੋ ਇਹ ਵੀਡੀਓ ਹੁਣ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਇੱਕ ਅਕਾਲੀ ਲੀਡਰ ਨੇ ਸ਼ੂਟ ਕੀਤਾ ਹੈ, ਕਿਉਂਕਿ ਉਸ ਨੂੰ ਰਹਿਮ ਆ ਗਿਆ ਕਿ ਆਖਿਰਕਾਰ ਜੇਕਰ ਬੀਬੀ ਇੰਨੀ ਮਿਹਨਤ ਕਰਦੀ ਹੈ ਤੇ ਉਸਦੀ ਸੇਲ 200 ਰੁਪਇਆ ਵੀ ਨਹੀਂ ਹੁੰਦੀ। ਤੁਸੀਂ ਵੀ ਦੇਖ ਲਓ ਇਸ ਬੀਬੀ ਦੀ ਮਿਹਨਤ, ਅਤੇ ਜੇਕਰ ਤੁਸੀਂ ਵੀ ਜਲੰਧਰ ਤੋਂ ਲੁਧਿਆਣਾ ਜਾਓ ਤੇ ਕੋਸ਼ਿਸ਼ ਕਰੋ ਕਿ ਇਸ ਬੀਬੀ ਦੀ ਰੇਹੜੀ 'ਤੇ ਬ੍ਰੇਕ ਮਾਰ ਲਓ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਦੀ ਇਸ ਤਰ੍ਹਾਂ ਦੀ ਵੀਡੀਓ ਬਣਾਈ ਨਹੀਂ ਹੈ, ਲੇਕਿਨ ਮੈਂ ਪਹਿਲੀ ਵਾਰੀ ਇਹ ਵੀਡੀਓ ਬਣਾ ਰਿਹਾ। ਮੈਂ ਅੱਜ ਗੁਰਾਇਆਂ ਦੇ ਕੋਲ, ਗੁਰਾਇਆਂ ਦਾ ਜਿਹੜਾ ਥਾਣਾ ਹੈ ਉਹਦੇ ਬਿਲਕੁਲ ਨਾਲ, ਜਦੋਂ ਅਸੀਂ ਹਾਈਵੇ ਤੋਂ ਥੱਲੇ ਆਉਂਦੇ ਹਾਂ ਉਸ ਰੋਡ 'ਤੇ ਇੱਕ ਬਜ਼ੁਰਗ ਮਾਤਾ ਜੀ ਇੱਕ ਛੋਟਾ ਜਿਹਾ ਢਾਬਾ ਚਲਾ ਰਹੇ ਨੇ। ਇਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਢਾਬਾ ਚਲਾ ਰਹੇ ਨੇ, ਬਹੁਤ ਛੋਟਾ ਜਿਹਾ ਸਾਦਾ ਜਿਹਾ, ਜਿਸ ਦੇ ਵਿੱਚ ਬ੍ਰੈਡ ਪਕੌੜਾ, ਸਮੋਸੇ ਨੇ, ਆਲੂ ਟਿੱਕੀ ਹੈ, ਸਵੇਰੇ ਆਲੂ ਦੇ ਪਰੌਂਠੇ ਦਹੀਂ ਦੇ ਨਾਲ ਹੈ, ਚਾਹ ਬਣਾਉਂਦੇ ਨੇ। ਪਰ ਜਿਵੇਂ ਕਿ ਕਹਿ ਲਓ ਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ, ਇਸ ਕਰਕੇ ਇਹਨਾਂ ਨੇ ਬਚਪਨ ਤੋਂ ਛੋਟੇ ਹੁੰਦਿਆਂ ਤੋਂ ਇਹ ਆਪਣੇ, ਜਿਵੇਂ ਇਹਨਾਂ ਦਾ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਛੋਟੇ ਇਹਨਾਂ ਦੇ ਬੱਚੇ ਸੀ, ਇਹਨਾਂ ਦੇ ਹਸਬੈਂਡ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਇੱਥੇ ਆ ਕੇ ਛੋਟਾ ਜਿਹਾ ਢਾਬਾ ਚਲਾਉਂਦੇ ਨੇ। ਕੋਈ ਇਹਨਾਂ ਨੇ ਬੰਦਾ ਨਹੀਂ ਰੱਖਿਆ, ਆਪ ਹੱਥੀ ਆਪਣੇ ਕਿਰਤ ਕਰਦੇ ਨੇ, ਕੰਮ ਕਰਦੇ ਨੇ। ਔਰ ਇੱਕ ਬੱਚੇ ਦੀ ਇਹਨਾਂ ਦੀ ਡੈਥ ਹੋ ਗਈ ਹੋਈ, ਇੱਕ ਬੇਟੇ ਦੀ, ਦੂਸਰਾ ਬੇਟਾ ਅਲੱਗ ਰਹਿੰਦਾ। ਔਰ ਘਰ ਦੇ ਵਿੱਚ ਇਹਨਾਂ ਦੇ ਕੋਲ ਕੋਈ ਨਹੀਂ ਹੈ, ਕੋਈ ਇਹਨਾਂ ਦਾ ਸਹਾਰਾ ਨਹੀਂ ਹੈ। ਮੇਰਾ ਸਿਰਫ ਵੀਡੀਓ ਪਾਉਣ ਦਾ ਇਹ ਮਤਲਬ ਹੈ, ਜਦੋਂ ਵੀ ਤੁਸੀਂ ਜਲੰਧਰ ਤੋਂ ਲੁਧਿਆਣੇ ਜਾਓ ਜਾਂ ਲੁਧਿਆਣੇ ਤੋਂ ਜਲੰਧਰ ਆਓ, ਅਤੇ ਗੁਰਾਇਆਂ ਦੀ ਜਿਹੜੀ ਨਿਚਲੀ ਰੋਡ ਹੈ, ਲਿੰਕ ਰੋਡ ਹੈ, ਜਿਹੜੀ ਆਪਾਂ ਸਰਵਿਸ ਲੇਨ ਕਹਿੰਦੇ ਹਾਂ, ਉਸ ਸਰਵਿਸ ਲੇਨ 'ਤੇ ਥਾਣੇ ਦੇ ਬਿਲਕੁਲ ਮੋਹਰੇ ਮਾਤਾ ਜੀ ਬੈਠੇ ਹਨ। ਜ਼ਰੂਰ ਇੱਕ ਕੱਪ ਚਾਹ ਦਾ ਜਾਂ ਆਲੂ ਦਾ ਪਰੌਂਠਾ ਜਾਂ ਬ੍ਰੈਡ ਪਕੌੜਾ ਉਹ ਖਾ ਕੇ ਜਾਣਾ। ਮੈਂ ਮਾਤਾ ਜੀ ਨੂੰ ਕਹਾਂਗਾ ਉਹ ਦੱਸਣ ਕੀ ਬਣਾਉਂਦੇ ਨੇ ਅਤੇ ਟਾਈਮਿੰਗ ਕੀ ਹੈ ਮਾਤਾ ਜੀ ਦੀ। ਹਾਂਜੀ, ਮੈਂ ਬ੍ਰੈਡ ਪਕੌੜਾ ਬਣਾਉਂਦੀ ਟਿੱਕੀ ਨਾਲ, ਆਲੂ ਵਾਲੀ ਟਿੱਕੀ, ਅਤੇ ਚਾਹ ਪਾਣੀ ਆ ਮੇਰਾ ਉਹ ਮੈਂ ਵੇਚਦੀ ਹਾਂ, ਕਿਸੇ ਵੇਲੇ ਪਰੌਠੇ ਪਰੂਠੇ ਵੀ ਬਣਾ ਲੈਂਦੀ ਹਾਂ, ਅਤੇ ਜਿੰਨਾ ਕੁ ਮੇਰੇ ਤੋਂ ਹੁੰਦਾ ਜੀ ਮੈਂ ਤਾਂ ਉਨਾ ਕਰਦੀ ਹਾਂ। ਮੈਂ ਬਹੁਤ ਬਜ਼ੁਰਗ ਹਾਂ, ਮੇਰੀ ਬਾਂਹ ਵੀ ਇੰਨੀ ਨਹੀਂ ਚੱਲਦੀ ਹੈਗੀ। ਹਾਂਜੀ, ਮੈਂ ਸਮਾਂ ਕੀ ਹੈ ਮਾਤਾ ਜੀ ਤੁਹਾਡਾ? ਹਾਂਜੀ, ਸਮਾਂ ਕੀ ਹੈ ਤੁਹਾਡਾ ਇੱਥੇ ਖੋਲਣ ਦਾ? ਸਵੇਰੇ ਸਵੇਰੇ ਮੈਂ ਜੀ ਆਉਣੀ ਆ 7:30 ਆ ਜਾਂਦੀ। ਤੇ ਕਿੰਨੇ ਵਜੇ ਜਾਂਦੇ ਹੋ? ਜਾਂਦੀ ਮੈਂ 6 ਵਜੇ ਆ, ਸ਼ਾਮ ਨੂੰ 6 ਵਜੇ ਜਾਂਦੇ ਹੋ? ਹਾਂਜੀ। ਠੀਕ ਹੈ, ਕੋਈ ਪੁੱਛਣ ਨਹੀਂ ਡਿਆ ਜੀ। ਠੀਕ ਹੈ ਜੀ। ਮੁੰਡਾ ਨਾ ਉਹ ਵੀ ਨਹੀਂ ਪੁੱਛਦੇ ਹੈਗੇ, ਮੈਂ ਆਪਣਾ ਇਕੱਲੀ ਗੁਜ਼ਾਰਾ। ਸੇਲ ਨਹੀਂ ਹੁੰਦੀ ਹੈ, ਬਹੁਤ ਘੱਟ ਕੰਮ ਹੈ। ਬਹੁਤ
ਮਸਾਂ ਹੀ 2-250 ਰੁਪਈਆ ਗੁਜ਼ਾਰੇ ਜੋਗਾ ਇਹਨਾਂ ਦਾ ਬਣਦਾ ਹੈ। ਬਾਂਹ ਵੀ ਕੰਮ ਨਹੀਂ ਕਰਦੀ, ਲੇਕਿਨ ਉਹਦੇ ਬਾਵਜੂਦ ਵੀ ਇੱਥੋਂ ਸਮਾਨ ਸਾਰਾ ਸਮੇਟ ਕੇ ਫਿਰ ਸ਼ਾਮ ਨੂੰ ਘਰ ਜਾਣਾ, ਆਪਣੀ ਰੋਟੀ ਬਣਾ ਕੇ ਜਾਣੀ, ਫਿਰ ਸਵੇਰੇ ਆ ਕੇ ਦੁਕਾਨ ਖੋਲ੍ਹਣੀ ਹੈ, ਢਾਬਾ ਚਲਾਉਣਾ, ਅਤੇ ਆਪਣੇ ਸਾਰੇ ਦਿਨ ਦਾ ਆਪਣਾ ਗੁਜ਼ਾਰਾ ਭੱਤਾ ਇੱਥੋਂ ਹੀ ਕਮਾਈ ਦਾ ਸਾਧਨ ਹੈ। ਕਿਉਂਕਿ ਬਿਮਾਰ ਵੀ ਰਹਿੰਦੇ, ਮੈਨੂੰ ਮਾਤਾ ਜੀ ਦੱਸ ਰਹੇ ਸੀ ਕਿ ਮੇਰਾ ਕੱਲ੍ਹ ਦਾ BP ਵਧਿਆ ਹੋਇਆ ਵਾ, ਅਤੇ ਇਸ ਕਰਕੇ ਮੇਰੀ ਆਪਣੇ ਦੋਸਤਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਜਿੰਨੇ ਵੀ ਇਹ ਵੀਡੀਓ ਨੂੰ ਦੇਖਣਗੇ, ਸਭ ਤੋਂ ਵੱਧ ਤੁਹਾਨੂੰ ਇਹੀ ਰਿਕੁਐਸਟ ਮੈਂ ਕਰਾਂਗਾ ਕਿ ਆਪਣੀ ਇਨਸਾਨੀਅਤ ਦਿਖਾਉਂਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਔਰ ਹਮੇਸ਼ਾ ਹੀ ਜਦੋਂ ਵੀ ਜਲੰਧਰ ਤੋਂ ਲੁਧਿਆਣੇ ਜਾਓ ਅਤੇ ਇਹਨਾਂ ਕੋਲ, ਮਾਤਾ ਜੀ ਕੋਲ ਇੱਕ ਕੱਪ ਚਾਹ ਦਾ, ਆਲੂ ਦਾ ਪਰੌਂਠਾ ਅਤੇ ਬ੍ਰੈਡ ਪਕੌੜਾ ਖਾ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।